ਸਸੀ ਕਾਲ ਦੋਸਤੋ ਅੱਜ ਇੱਕ ਬਹੁਤ ਸੋਹਣੀ ਬਿਲਡਿੰਗ ਦਿਖਾਉਣ ਲੈ ਕੇ ਆਏ ਆ ਤੁਹਾਨੂੰ ਤੇ ਅੱਜ ਆਪਾਂ ਪਹੁੰਚੇ ਆ ਪਿੰਡ ਮਹਿਤਾ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਪਹਿਲਾਂ ਤੁਹਾਨੂੰ ਬਾਹਰਲੀ ਹਰਿਆਲੀ ਦਿਖਾ ਦਈਏ ਤੇ ਇੱਧਰ ਇੱਕ ਘਰ ਆ ਜਿਹੜਾ 1967 ਦੇ ਵਿੱਚ ਬਣਿਆ ਪੁਰਾਣਾ ਘਰ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਬਹੁਤ ਸੋਹਣਾ ਬਣਿਆ ਹੋਇਆ ਸਭ ਤੋਂ ਪਹਿਲਾਂ ਤੁਹਾਨੂੰ ਇਹ ਗਜੀਬੋ ਦਿਖਾ ਦਈਏ ਜਿਹੜੀ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਆ ਇਹਦੇ ਅੰਦਰ ਜਾ ਕੇ ਤੁਸੀਂ ਵੀ ਕਹਿਣਾ ਯਾਰ ਬਾਕੀ ਬਹੁਤ ਕਹਿਣ ਚੀਜ਼ ਬਣਾਈ ਆ ਬਾਈ ਨੇ ਦੇਖੋ ਜੀ ਤੇ ਸਾਰਾ ਪਲਾਨ ਸੈਟਿੰਗ ਸਾਰਾ ਓਕੇ ਰਿਪੋਰਟ ਕੀਤਾ ਹੋਇਆ ਤੇ ਜ਼ਿਆਦਾਤਰ ਤੁਸੀਂ ਬਿਲਡਿੰਗਾਂ ਇਹ ਜੀਆਂ ਬਿਲਡਿੰਗਾਂ ਜ਼ਿਆਦਾਤਰ ਬਾਹਰ ਦੇਖ ਦਿਓ ਆਪਣੇ ਪੰਜਾਬ ਦੇ ਵਿੱਚ ਮਤਲਬ ਇੰਨੀ ਘੈਂਟ ਰੈਸਟ ਹਾਊਸ ਦੀ ਤਰ੍ਹਾਂ ਬਣਾਇਆ ਹੈ ਗਜੀਬੋ ਤੇ ਬਹੁਤ ਘੱਟ ਦੇਖਣ ਨੂੰ ਮਿਲਦਾ ਹੈਗਾ ਤੇ ਆਸ ਕਰਦੇ ਹਾਂ ਵੀ ਦਰਸ਼ਕਾਂ ਨੂੰ ਪਸੰਦ ਆਊਗਾ ਬਹੁਤ ਵਧੀਆ ਜਨੀਕ ਜਿਹਾ ਡਿਜ਼ਾਈਨ ਹੈ ਇੱਕ ਇਹ ਇਹ 2003-4 ਦੇ ਵਿੱਚ ਬਾਈ ਹੋਰਾਂ ਨੇ ਬਣਾਇਆ ਤੇ ਬਾਈ ਹੋਰਾਂ ਦਾ ਕੋਈ ਮਿੱਤਰ ਸੀ ਆਰਕੀਟੈਕਟ ਉਹਨਾਂ ਨੇ ਡਿਜ਼ਾਈਨ ਦਿੱਤਾ ਇਹ ਤੇ ਦੇਖੋ ਜੀ ਤੁਸੀਂ ਤੇ ਨਾਲ ਹੈ ਹਰਿਆਲੀ ਆ ਬਾਈ ਹੋਰ ਇਹ ਕਹਿੰਦੇ ਮਤਲਬ ਵੀ ਠੰਡ ਗਰਮੀ ਚ ਵੀ ਜਿਹੜਾ ਇੱਥੇ ਬੈਠਣ ਦਾ ਆਨੰਦ ਹੈ ਨਾ ਬਹੁਤ ਵੱਖਰਾ ਹੈ ਬਹੁਤ ਵਧੀਆ ਲੱਗਦਾ ਤੇ ਜੇ ਕਿਸੇ ਵੀ ਮਿੱਤਰ ਨੇ ਇਸ ਤਰ੍ਹਾਂ ਦਾ ਅਜੀਬੋ ਜਾਂ ਕੋਈ ਨਵੇਂ ਤਰ੍ਹਾਂ ਦੀ ਬਿਲਡਿੰਗ ਬਣਾਈ ਹੋਈ ਤਾਂ ਕਮੈਂਟਾਂ ਚ ਜਰੂਰ ਦੱਸਿਓ ਤੇ ਇਹ ਕਿਵੇਂ ਲੱਗਿਆ ਇਹ ਵੀ ਜਰੂਰ ਦੱਸਿਓ ਤੇ ਹੁਣ ਤੁਹਾਨੂੰ ਦਿਖਾਉਣੇ ਆ ਬਾਈ ਹੋਰਾਂ ਦਾ ਜਿਹੜਾ ਘਰ ਹੈਗਾ 1967 ਦੇ ਵਿੱਚ ਬਣਿਆ ਹੋਇਆ ਸਾਰੇ ਦੇ ਦਰਸ਼ਨ ਕਰਾਵਾਂਗੇ ਤੇ ਸਭ ਤੋਂ ਵਧੀਆ ਗੱਲ ਇਹ ਲੱਗੀ ਵੀ ਹਰਿਆਲੀ ਬਹੁਤ ਵਧੀਆ ਮੇਨਟੇਨ ਕੀਤੀ ਆ ਵੀਰ ਹੋਰਿਆ ਨੇ ਤੇ ਜੋ ਇਹ ਸਾਹਮਣੇ ਘਰ ਦੇਖ ਰਹੇ ਤੁਸੀਂ ਇਹ 1967 ਦੇ ਵਿੱਚ ਬਣਿਆ ਹੋਇਆ ਤੇ ਇਹਨੂੰ ਬਹੁਤ ਤਰੀਕੇ ਨਾਲ ਮੇਨਟੇਨ ਕੀਤਾ ਅੰਦਰ ਵਗੈਰਾ ਕਰਾ ਕੇ ਤੇ ਹਰ ਇੱਕ ਚੀਜ਼ ਉਸੇ ਤਰ੍ਹਾਂ ਪਈ ਆ ਤੇ ਇੱਧਰ ਆ ਗਈ ਆਪਣੀ ਚਲਾਨੀ ਕਹਿੰਦੇ ਨੇ ਰਸੋਈ ਬਾਹਰਲੀ ਰਸੋਈ ਤੇ ਅੱਜ ਤੁਹਾਨੂੰ ਅੰਦਰੋਂ ਦਿਖਾਉਣੇ ਆ ਸਾਰਾ ਦੇਖੋ ਜੀ 1967 ਦਾ ਬਣਿਆ ਕਿੰਨਾ ਸਾਫ਼ ਸੁਥਰਾ ਰੱਖਿਆ ਵੀਰ ਹੋਰਿਆ ਨੇ ਤੇ ਲੱਕੜ ਸਾਰੀ ਕਹਿੰਦੇ ਬਾਈ ਸੇਮ ਉਹੀ ਲੱਕੜ ਪਈ ਹੈਗੀ ਜਦੋਂ ਦਾ ਘਰ ਹੈਗਾ ਤੇ ਵੀਰ ਜੀ ਨੇ ਉੱਪਰ ਦੇਖੋ ਤੁਸੀਂ ਬੱਤੇ ਲੱਗੇ ਹੋਏ ਨੇ ਤੇ ਗਾਡਰ ਸੋਫਾ ਵਗੈਰਾ ਸਾਰਾ ਸੈੱਟ ਕਰਕੇ ਸਪਾਈ ਤੁਸੀਂ ਦੇਖੋ ਵੀ 1967 ਵਾਲੇ ਘਰ ਦੇ ਵਿੱਚ ਇੰਨੀ ਘੈਂਟ ਸਪਾਈ ਬਹੁਤ ਘੱਟ ਦੇਖਣ ਨੂੰ ਮਿਲੂਗੀ ਤੇ ਇੱਕ ਇੱਕ ਚੀਜ਼ ਮੈਂਟੇਨ ਕੀਤੀ ਹੈ ਕਹਿੰਦੇ ਬਜ਼ੁਰਗਾਂ ਦਾ ਪਿਆਰ ਹੈ ਜਿਹੜਾ ਉਹਨੂੰ ਮੈਂਟੇਨ ਕੀਤਾ ਹੈ ਤੇ ਇਹ ਰੂਮ ਦਿਖਾ ਦੀ ਇੱਕ ਤੁਹਾਨੂੰ ਦੇਖੋ ਜੀ ਤੇ ਇੱਕ ਨਾ ਇਹਦੇ ਵਿੱਚ ਜਦੋਂ ਮੈਂ ਵੀਡੀਓ ਬਣਾ ਰਿਹਾ ਸੀਗਾ ਇਹ ਜੋ ਖੁਸ਼ਬੂ ਨਾ ਮਤਲਬ ਲੱਕੜ ਦੀ ਮਤਲਬ ਇਸ ਤਰੀਕੇ ਨਾਲ ਆਉਂਦੀ ਜਿਵੇਂ ਪੁਰਾਣਾ ਨਹੀਂ ਹੁੰਦਾ ਆਪਣਾ ਆਪਣਾ ਜਿਹਾ ਫੀਲ ਹੁੰਦਾ ਤੇ ਕਮੈਂਟ ਕਰਕੇ ਜਰੂਰ ਦੱਸੋ ਜਿੰਨਾ ਮਿੱਤਰਾਂ ਨੇ ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਇਸ ਤਰ੍ਹਾਂ ਸਾਂਭ ਕੇ ਰੱਖਿਆ ਐਨੇ ਸਾਫ਼ ਸੁਥਰੇ ਤਰੀਕੇ ਨਾਲ ਦੇਖੋ ਜੀ ਇਹ ਇਸ ਰੂਮ ਦੇ ਵਿੱਚੋਂ ਜੇ ਆਪਾਂ ਦੇਖੀਏ ਗਲਾਸ ਲੱਗੇ ਹੋਏ ਆ ਤੇ ਬਾਹਰ ਸਾਰਾ ਦਿਨ ਦੀਦਾਗਾ ਤੇ ਆਪਾਂ ਦੇਖ ਸਕਦੇ ਆ ਤੇ ਜੇ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਤੇ ਗਜੀਬੋ ਕਿਵੇਂ ਲੱਗਿਆ ਉਹ ਵੀ ਜਰੂਰ ਦੱਸਿਓ ਬਾਈ ਜੀ ਧੰਨਵਾਦ ਦੋਸਤਾਂ ਦਾ ਸਾਰਿਆਂ ਦਾ ਧੰਨਵਾਦ ਜੀ